ਨਾਇਗਰਾ ਯੂਨੀਵਰਸਿਟੀ ਵੱਲੋਂ ਰਸਮੀ ਤੌਰ ਉੱਤੇ ਰਿਬਨ ਕੱਟ ਕੇ ਵੌਨ ਓਨਟੇਰੀਓ ਵਿੱਚ ਆਪਣੀ ਨਵੀਂ ਲੋਕੇਸ਼ਨ ਦਾ ਉਦਘਾਟਨ ਕਰ ਦਿੱਤਾ ਗਿਆ। ਵੌਨ ਮੈਟਰੋਪੋਲੀਟਨ ਸੈਂਟਰ ਦੀ ਇਹ ਸਾਈਟ ਅਜਿਹੀ ਪਹਿਲੀ ਯੂਨੀਵਰਸਿਟੀ ਹੈ ਜਿਹੜੀ ਵੌਨ ਅਤੇ ਯੋਰਕ ਰੀਜਨ ਵਿੱਚ ਕਾਇਮ ਕੀਤੀ ਗਈ ਹੈ। ਅਜਿਹਾ ਕਰਕੇ ਨਾਇਗਰਾ ਯੂਨੀਵਰਸਿਟੀ ਓਨਟੇਰੀਓ ਪ੍ਰੋਵਿੰਸ ਵਿੱਚ ਆਪਣੀ ਪਹਿਲੀ ਬਾਈ ਨੈਸ਼ਨਲ ਯੂਨੀਵਰਸਿਟੀ ਬਣਨ ਦੀ ਆਪਣੀ ਇੱਛਾ ਪੂਰੀ ਕਰਨ ਜਾ ਰਹੀ ਹੈ। ਨਾਇਗਰਾ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਜੇਮਸ ਜੇ ਮਾਹਰ ਨੇ ਆਖਿਆ ਕਿ ਸਾਨੂੰ ਵੌਨ ਕਮਿਊਨਿਟੀ ਦਾ ਸਥਾਈ ਹਿੱਸਾ ਬਣ ਕੇ ਅਤੇ ਓਨਟੇਰੀਓ ਨਾਲ ਆਪਣੇ ਬਾਏ ਨੈਸ਼ਨਲ ਸੰਬੰਧਾਂ ਨੂੰ ਮਜ਼ਬੂਤ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ। ਨਵੀਂ ਲੋਕੇਸ਼ਨ ਸਾਨੂੰ ਬਿਹਤਰ ਢੰਗ ਨਾਲ ਵਿਦਿਆਰਥੀਆਂ ਅਤੇ ਫੈਕਲਟੀ ਦੀ ਸੇਵਾ ਕਰਨ ਦਾ ਮੌਕਾ ਮੁਹੱਈਆ ਕਰਵਾਵੇਗੀ। ਇੱਥੇ ਸਿੱਖਣ ਲਈ ਬਿਹਤਰ ਮਾਹੌਲ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਦਿੱਤਾ ਜਾ ਸਕੇਗਾ ਤਾਂ ਕਿ ਰਿਸਰਚ ਟੀਚਿੰਗ ਬਿਹਤਰ ਢੰਗ ਨਾਲ ਕਰ ਸਕਣ ਅਤੇ ਕਮਿਊਨਿਟੀ ਉੱਤੇ ਉਸਦਾ ਸਕਾਰਾਤਮਕ ਅਸਰ ਪੈ ਸਕੇ। ਇੱਥੇ 300 ਤੋਂ ਵੱਧ ਵਿਦਿਆਰਥੀ ਬੈਚਲਰ ਆਫ ਪ੍ਰੋਫੈਸ਼ਨਲ ਸਟੱਡੀਜ਼ ਅਤੇ ਮਾਸਟਰ ਆਫ ਸਾਇੰਸ ਇਨ ਐਜੂਕੇਸ਼ਨ ਲੀਡਰਸ਼ਿਪ ਪ੍ਰੋਗਰਾਮਸ ਵਿੱਚ ਹਿੱਸਾ ਲੈ ਰਹੇ ਹਨ। ਇਸ ਮੌਕੇ ਫਾਦਰ ਮਾਹਰ ਤੋਂ ਇਲਾਵਾ ਨਾਇਗਰਾ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਨਾਲ ਵੌਨ ਵੁੱਡਬ੍ਰਿਜ ਤੋਂ ਮੈਂਬਰ ਪਾਰਲੀਮੈਂਟ ਓਨਟੇਰੀਓ ਦੇ ਪ੍ਰੀਮੀਅਰ ਡਾਗ ਫੋਰਡ, ਸਿੱਖਿਆ ਮੰਤਰੀ ਸਟੀਫਨ ਲੀਚੇ, ਮੈਂਟਲ ਹੈਲਥ ਐਂਡ ਐਡਿਕਸ਼ਨਸ ਲਈ ਐਸੋਸੀਏਟ ਮੰਤਰੀ ਮਾਈਕਲ ਏ ਟਿਬੋਲੋ, ਵੌਨ ਦੇ ਮੇਅਰ ਓਨਟੇਰੀਓ ਕਾਲਜ ਆਫ ਟੀਚਰਸ ਲਈ CEO ਅਤੇ ਨਾਇਗਰਾ ਯੂਨੀਵਰਸਿਟੀ ਦੇ ਡਾਇਰੈਕਟਰ ਆਫ ਓਨਟੇਰੀਓ ਐਡਮਿਨਿਸਟ੍ਰੇਸ਼ਨ ਅਕੈਡਮਿਕ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।